ਇਹ ਸੀਸੀਟੀਵੀ ਤਸਵੀਰਾਂ ਤੁਹਾਨੂੰ ਵੀ ਹੈਰਾਨ ਕਰ ਦੇਣਗੀਆਂ। ਇੱਕ ਗਲੀ ਹੈ ਜਿਸ ਦੇ ਵਿੱਚ ਲੋਕ ਆ ਜਾ ਰਹੇ ਨੇ, ਕੋਲ ਦੁਕਾਨਾਂ ਨੇ, ਪਰ ਇਸ ਦੇ ਵਿੱਚ ਅਚਾਨਕ ਬਲਾਸਟ ਹੋ ਗਿਆ ਹੈ, ਧਮਾਕਾ ਹੋਇਆ ਹੈ ਤੇ ਲੋਕ ਵਾਲ-ਵਾਲ ਬਚੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੀਵਰੇਜ ਦੇ ਹੋਲ ਦੇ ਵਿੱਚ ਇਹ ਧਮਾਕਾ ਹੋ ਗਿਆ ਹੈ। ਤਾਂ ਇੱਥੇ ਗੈਸ ਬਣ ਗਈ ਤੇ ਗੈਸ ਬਣਨ ਤੋਂ ਬਾਅਦ ਇਹ ਅਚਾਨਕ ਬਲਾਸਟ ਹੋਇਆ ਹੈ। ਇੱਥੋਂ ਕਿੰਨੇ ਹੀ ਰਾਹਗੀਰ ਲੰਘ ਰਹੇ ਸੀ, ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿੰਜ ਇਹ ਧਮਾਕਾ ਹੋਇਆ। ਮਲੇਰਕੋਟਲਾ ਤੋਂ ਇਹ ਖਬਰ ਹੈ ਜਿੱਥੋਂ ਦੇ ਜਮਾਲਪੁਰਾ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ। ਸੀਵਰੇਜ ਦੇ ਅੰਦਰ ਅੱਗ ਲੱਗ ਗਈ ਤੇ ਅੱਗ ਲੱਗਣ ਤੋਂ ਬਾਅਦ ਇਹ ਧਮਾਕਾ ਹੋ ਗਿਆ। ਸੀਸੀਟੀਵੀ ਦੇ ਵਿੱਚ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ। ਹਾਲਾਂਕਿ ਇਸ ਦੇ ਵਿੱਚ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ, ਪਰ ਜਿਸ ਢੰਗ ਦੇ ਨਾਲ ਇੱਥੋਂ ਬਾਈਕ ਸਵਾਰ ਗੁਜ਼ਰ ਰਹੇ ਸੀ, ਕਿੰਨੇ ਲੋਕ ਗੁਜ਼ਰ ਰਹੇ ਸੀ ਤੇ ਅਚਾਨਕ ਜਦੋਂ ਕੋਈ ਨਹੀਂ ਸੀ ਉਦੋਂ ਹੀ ਇਹ ਬਲਾਸਟ ਹੋਇਆ, ਉਦੋਂ ਹੀ ਇਹ ਧਮਾਕਾ ਹੋਇਆ। ਜੇਕਰ ਬਾਈਕ ਨੇੜੇ ਹੁੰਦੇ ਤਾਂ ਹੋਰ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ, ਪਰ ਗਨੀਮਤ ਰਹੀ ਹੈ ਵੱਡਾ ਹਾਦਸਾ ਹੁਣ ਤੋਂ ਬਚਾ ਰਿਹਾ ਹੈ। ਪਰ ਤਸਵੀਰਾਂ ਹੈਰਾਨ ਕਰਨ ਵਾਲੀਆਂ ਨੇ, ਕਿਵੇਂ ਇਹ ਸੀਵਰੇਜ ਦਾ ਢੱਕਣ ਸੀ ਤੇ ਢੱਕਣ ਨੂੰ ਪਰਾਂ ਵਗਾ ਕੇ ਮਾਰਿਆ, ਅੰਦਰੋਂ ਗੈਸ ਦਾ ਇੰਨਾ ਜ਼ਿਆਦਾ ਪ੍ਰੈਸ਼ਰ ਸੀ ਤੇ ਧਮਾਕਾ ਹੋ ਗਿਆ। ਤਸਵੀਰਾਂ ਸਾਫ਼ ਤੌਰ ਤੇ ਬਿਆਨ ਕਰ ਰਹੀਆਂ ਨੇ। ਸੀਸੀਟੀਵੀ ਦੇ ਵਿੱਚ ਇਹ ਪੂਰੀ ਘਟਨਾ ਕੈਦ ਹੋਈ ਆ। ਮਲੇਰਕੋਟਲਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਜਮਾਲਪੁਰਾ ਦੀ ਇਹ ਵੀਡੀਓ ਹੈ ਜਿੱਥੇ ਸੀਵਰੇਜ ਦੇ ਅੰਦਰ ਅੱਗ ਲੱਗ ਗਈ ਤੇ ਅੱਗ ਲੱਗਣ ਤੋਂ ਬਾਅਦ ਇਹ ਧਮਾਕਾ ਹੋ ਗਿਆ।